दोस्तों पिछले कुछ दिनों तो पंजाबी सिंगर मनप्रीत मन्ना चर्चा का विषय बनया हुआ। उसने लाइव आके लोगों के दोगले चेहरे बारे मीडिया की भूमिका बारे बहुत सारिया गल्लां कीतियां सी, जिस तो बाद हुण करण औजले की सलाह के उत्ते मनप्रीत मन्ना इंस्टाग्राम अकाउंट बंद कर लग्या। करण औजले के आए मैसेज का स्क्रीनशॉट मनप्रीत मन्ने ने शेयर किया, जिस दे विच करण औजले ने लिखा कि ख्याल रखो वीर अपना, मैं एक सलाह दूंगा, इंटरनेट बंद रखो थोड़ा टाइम। सोशल मीडिया बहुत टॉक्सिक है, इंस्टाग्राम लॉग आउट ही करते भरा, 5-7 दिन बहुत क्लीन होजू सब। ਘਰਦਿਆਂ ਨਾਲ ਟਾਈਮ ਬਿਤਾਓ ਜਿੰਨਾ ਹੋ ਸਕਦਾ, ਕਿਉਂਕਿ ਲੋਕ ਵੀਰੇ ਤਮਾਸ਼ਾ ਭਾਲਦੇ ਆ, ਆਪਾਂ ਕਿਉਂ ਦਿਖਾਈਏ ਕਿਸੇ ਨੂੰ। ਮੇਰਾ ਭਰਾ ਮਾਈਂਡ ਨਾ ਕਰੀ, ਛੋਟਾ ਭਰਾ ਹੋਣ 'ਤੇ ਕਹਿ ਰਿਹਾ, ਆਪਾਂ ਬਹੁਤ ਨਾਜ਼ੁਕ ਦਿਲਾਂ ਦੇ ਬੰਦੇ ਹਾਂ ਅਤੇ ਦੁਨੀਆ ਬਹੁਤ ਸਵਾਦ ਲੈਂਦੀ ਆ। ਤਾਂ ਇਹ ਮੈਸੇਜ ਜਿਹੜਾ ਕਰਨ ਉਹਦੇ ਨੇ ਭੇਜਿਆ ਮਨਪ੍ਰੀਤ ਮੰਨਾ ਨੂੰ, ਜਿਸ ਨੂੰ ਸ਼ੇਅਰ ਕਰਦਿਆਂ ਮਨਪ੍ਰੀਤ ਮੰਨਾ ਨੇ ਲਿਖਿਆ ਕਿ ਇਹ ਹੁੰਦਾ ਅਸਲ ਭਰਾ। ਸਾਲਾ ਸਾਡੀ ਤਰੱਕੀ ਦੇਖ ਕੇ ਕੋਈ ਜਰਦਾ ਹੀ ਨਹੀਂ ਸਾਨੂੰ, ਫੋਨ ਬੰਦ ਹੋ ਹੁਣ ਭਾਬੀ ਤੁਹਾਡੇ ਕੋਲ ਚੱਲੇ ਸਪੇਨ, ਫਤਿਹਗੜ੍ਹ ਸਾਹਿਬ ਦਾ ਹੱਥ ਹੈਗਾ ਸਿਰ 'ਤੇ, ਕੀ ਪਰਵਾਹ ਕਿਸੇ ਦੀ। ਤਾਂ ਮਨਪ੍ਰੀਤ ਮੰਨਾ ਨੇ ਕਰਨ ਔਜਲੇ ਦੀ ਸਲਾਹ ਮੰਨ ਲਈ ਆ ਅਤੇ ਆਪਣਾ ਇੰਸਟਾਗ੍ਰਾਮ ਅਕਾਊਂਟ ਬੰਦ ਕਰਨ ਦੀ ਗੱਲ ਆਖ ਦਿੱਤੀ। ਇਸ ਬਾਰੇ ਤੁਹਾਡਾ ਕੀ ਕਹਿਣਾ ਵੀਡੀਓ ਥੱਲੇ ਕਮੈਂਟ ਕਰਕੇ ਜ਼ਰੂਰ ਦੱਸਿਓ ਅਤੇ ਇਸ ਵੀਡੀਓ ਨੂੰ ਸ਼ੇਅਰ ਕਰਕੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ।